ਅੱਜਕੱਲ ਕੋਲੇਸਟ੍ਰੋਲ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਰਹੀ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਦੀ ਸਮੱਸਿਆ, ਡਾਇਬਟੀਜ਼ ਦੀ ਸੰਭਾਵਨਾ ਵੱਧ ਜਾਂਦੀ ਹੈ। ਕੋਲੇਸਟ੍ਰੋਲ ਦੋ ਤਰ੍ਹਾਂ ਦਾ ਹੁੰਦਾ ਹੈ, ਬੁਰਾ ਕੋਲੇਸਟ੍ਰੋਲ ਅਤੇ ਚੰਗਾ ਕੋਲੇਸਟ੍ਰੋਲ। ਚੰਗਾ ਕੋਲੇਸਟ੍ਰੋਲ ਸਾਡੇ ਦਿਮਾਗ ਵਿੱਚ ਮੌਜੂਦ ਤੰਤਰਿਕਾ ਕੋਸ਼ਿਕਾਵਾਂ ਨੂੰ ਇਨਸੂਲੇਟ ਕਰਦਾ ਹੈ ਅਤੇ ਕੋਸ਼ਿਕਾਵਾਂ ਦੇ ਲਈ ਢਾਂਚਾ ਪ੍ਰਦਾਨ ਕਰਦਾ ਹੈ। ਪਰ ਬੁਰਾ ਕੋਲੇਸਟ੍ਰੋਲ ਸਰੀਰ ਵਿੱਚ ਖੂਨ ਦੇ ਪ੍ਰਭਾਵ ਨੂੰ ਘੱਟ ਕਰ ਦਿੰਦਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੀ ਸੰਭਾਵਨਾ ਵਧਾ ਦਿੰਦਾ ਹੈ। ਕੋਲੇਸਟ੍ਰੋਲ ਨੂੰ ਕਰੋ ਕੰਟਰੋਲ। ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੇ ਲਈ ਸਭ ਤੋਂ ਜ਼ਰੂਰੀ ਹੈ ਖਾਣ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਵੇ ਜਿਨ੍ਹਾਂ ਵਿੱਚ ਸੈਚੂਰੇਟਿਡ ਫੈਟ ਅਤੇ ਟ੍ਰਾਂਸ ਫੈਟ ਬਹੁਤ ਜ਼ਿਆਦਾ ਹੋਵੇ। ਪਰ ਕੁਝ ਘਰੇਲੂ ਨੁਸਖੇ ਅਪਣਾ ਕੇ ਵੀ ਅਸੀਂ ਬੁਰੇ ਕੋਲੇਸਟ੍ਰੋਲ ਨੂੰ ਘੱਟ ਕਰ ਸਕਦੇ ਹਾਂ। ਉਹ ਪੰਜ ਤਰੀਕੇ ਜਿਨ੍ਹਾਂ ਨਾਲ ਕੋਲੇਸਟ੍ਰੋਲ ਤੇਜ਼ੀ ਨਾਲ ਘੱਟ ਹੁੰਦਾ ਹੈ। ਪਿਆਜ਼। ਲਾਲ ਪਿਆਜ਼ ਕੋਲੇਸਟ੍ਰੋਲ ਘੱਟ ਕਰਨ ਵਿੱਚ ਸਹਾਇਕ ਹੁੰਦਾ ਹੈ। ਇਹ ਬੁਰੇ ਕੋਲੇਸਟ੍ਰੋਲ ਨੂੰ ਘੱਟ ਕਰਕੇ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ। ਇਸ ਦੇ ਲਈ 1 ਚਮਚ ਪਿਆਜ਼ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਪੀਣ ਵਿੱਚ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ 1 ਕੱਪ ਲੱਸੀ ਵਿੱਚ ਬਰੀਕ ਪਿਆਜ਼ ਕੱਟ ਕੇ ਮਿਲਾਓ ਅਤੇ ਇਸ ਵਿੱਚ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਪੀਓ। ਇਸ ਦੇ ਨਾਲ ਪਿਆਜ਼, ਲਸਣ ਅਤੇ ਅਦਰਕ ਨੂੰ ਆਪਣੇ ਖਾਣੇ ਵਿੱਚ ਸ਼ਾਮਿਲ ਜ਼ਰੂਰ ਕਰੋ। ਆਂਵਲਾ ਪਾਊਡਰ। 1 ਚਮਚ ਆਂਵਲੇ ਪਾਊਡਰ ਨੂੰ 1 ਗਿਲਾਸ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਲਓ। ਇਸ ਨਾਲ ਵੀ ਤੇਜ਼ੀ ਨਾਲ ਕੋਲੇਸਟ੍ਰੋਲ ਘੱਟ ਹੁੰਦਾ ਹੈ। ਜੇ ਤੁਹਾਡਾ ਕੋਲੇਸਟ੍ਰੋਲ ਵੱਧ ਗਿਆ ਹੈ ਤਾਂ ਸਵੇਰੇ ਖਾਲੀ ਪੇਟ ਆਂਵਲੇ ਦਾ ਸੇਵਨ ਜ਼ਰੂਰ ਕਰੋ। ਨਾਰੀਅਲ ਤੇਲ। ਨਾਰੀਅਲ ਤੇਲ ਸਰੀਰ ਵਿੱਚ ਵਸਾਂ ਨੂੰ ਘੱਟ ਕਰਦਾ ਹੈ ਜਿਸ ਨਾਲ ਕੋਲੇਸਟ੍ਰੋਲ ਨਹੀਂ ਵੱਧਦਾ। ਇਸ ਲਈ ਨਾਰੀਅਲ ਤੇਲ ਨੂੰ ਆਪਣੇ ਆਹਾਰ ਵਿੱਚ ਜ਼ਰੂਰ ਸ਼ਾਮਿਲ ਕਰੋ। ਇਸ ਤੋਂ ਇਲਾਵਾ ਰੋਜ਼ਾਨਾ 1/2 ਘੰਟਾ ਐਕਸਰਸਾਈਜ਼ ਜ਼ਰੂਰ ਕਰੋ। ਸੰਤਰੇ ਦਾ ਜੂਸ। ਸੰਤਰੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਬੁਰੇ ਕੋਲੇਸਟ੍ਰੋਲ ਨੂੰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਇਸ ਲਈ ਕੋਲੇਸਟ੍ਰੋਲ ਦੀ ਸਮੱਸਿਆ ਹੋਣ 'ਤੇ ਰੋਜ਼ਾਨਾ 2-3 ਗਿਲਾਸ ਸੰਤਰੇ ਦਾ ਜੂਸ ਜ਼ਰੂਰ ਪੀਓ। ਸੰਤਰੇ ਦਾ ਜੂਸ ਪੀਣ ਨਾਲ ਕੋਲੇਸਟ੍ਰੋਲ ਜਲਦੀ ਕੰਟਰੋਲ ਹੋ ਜਾਂਦਾ ਹੈ। ਕੋਲੇਸਟ੍ਰੋਲ ਦੀ ਸਮੱਸਿਆ ਹੋਣ 'ਤੇ ਰੋਜ਼ਾਨਾ ਨਿੰਬੂ ਪਾਣੀ ਦਾ ਸੇਵਨ ਜ਼ਰੂਰ ਕਰੋ। ਜੇਕਰ ਤੁਸੀਂ ਜਲਦੀ ਕੋਲੇਸਟ੍ਰੋਲ ਘੱਟ ਕਰਨਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ 1 ਗਿਲਾਸ ਨਿੰਬੂ ਪਾਣੀ ਵਿੱਚ ਚੁਟਕੀ ਭਰ ਹਲਦੀ ਮਿਲਾ ਕੇ ਸੇਵਨ ਕਰੋ। ਇਸ ਨਾਲ ਜਲਦੀ ਕੋਲੇਸਟ੍ਰੋਲ ਘੱਟ ਹੋ ਜਾਵੇਗਾ। ਬਿਊਰੋ ਰਿਪੋਰਟ, ਸਾਂਝ ਟੀਵੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੋਹਿਤ ਗੁਪਤਾ ਬ੍ਰਿਟਿਸ਼ ਐਜੂਕੇਟ ਤੋਂ। ਅੱਜ ਅਸੀਂ ਯੂਕੇ ਦਾ ਇੱਕ ਹੋਰ ਵੀਜ਼ਾ ਦਿੱਤਾ ਵਾ, ਸਲਿਸ਼ਵਾਰੀ ਯੋਡਾ। ਮੇਰੇ ਫਰੈਂਡ ਨੇ ਰਿਕਮੈਂਡ ਕੀਤਾ ਸੀ ਉਹ ਫਾਈਲ ਇੱਥੋਂ ਕਿਤੇ ਰਿਜ਼ਰਵੇਸ਼ਨ ਲਵਾਓ, ਅਤੇ ਅੱਜ ਮੇਰਾ ਵੀਜ਼ਾ ਆਇਆ। ਆਈ ਐਮ ਵੈਰੀ ਹੈਪੀ ਐਂਡ ਮਾਈ ਪੇਰੈਂਟਸ ਆਰ ਆਲਸੋ ਹੈਪੀ। ਅਸੀਂ ਇਸ ਸਪਾਂਸਰ ਵੀਜ਼ਾ ਦੇ ਨਾਲ ਜਾ ਕੇ ਯੂਕੇ ਸਟੱਡੀ ਕੰਟੀਨਿਊ ਕਰਨ 'ਚ ਬਹੁਤ ਖੁਸ਼ ਹਾਂ, ਅਤੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਸਟੱਡੀ ਵੀਜ਼ਾ ਅਤੇ ਇਸ ਵੀਜ਼ਾ ਸਪਾਂਸਰ ਦੇ ਨਾਲ ਯੂਕੇ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਬ੍ਰਿਟਿਸ਼ ਐਜੂਕੇਅਰ ਜ਼ਰੂਰ ਵਿਜ਼ਿਟ ਕਰਿਓ। ਥੈਂਕ ਯੂ। ਮੈਨੂੰ ਬਹੁਤ ਹੀ ਮੈਂ ਥੈਂਕਫੁਲ ਹਾਂ ਬ੍ਰਿਟਿਸ਼ ਐਜੂਕੇਅਰ 'ਤੇ ਕਿ ਮੈਨੂੰ ਮੇਰਾ ਵੀਜ਼ਾ ਵਿਦ ਇਨ 5 ਡੇਜ਼ ਮਿਲਿਆ। ਮੈਨੂੰ ਇਹਨਾਂ ਦੀਆਂ ਸਰਵਿਸ ਬਹੁਤ ਵਧੀਆ ਲੱਗੀਆਂ, ਮੇਰੀ ਸਾਰੀ ਪੇਮੈਂਟ ਆਫਟਰ ਵੀਜ਼ਾ ਸੀਗੀ, ਮੈਨੂੰ ਕੋਈ ਵੀ ਇੱਥੇ ਆਪਣੀ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ। ਬੜੀ ਖੁਸ਼ੀ ਵਾਲੀ ਗੱਲ ਆ, ਪ੍ਰਭੂ ਕਿਰਪਾ ਨਾਲ ਅੱਜ ਅਸੀਂ ਯੂਕੇ ਦੇ 12 ਵੀਜ਼ੇ ਲੱਤੇ ਨੇ। ਫਸਟ ਆਫ ਆਲ ਤਾਂ ਮੈਂ ਸਭ ਨੂੰ ਕੰਗ੍ਰੈਸ ਕਰਨਾ ਚਾਹੂੰਗਾ ਆਫਟਰ ਲੋਕਡਾਊਨ। ਹੁਣ ਤੱਕ ਅਸੀਂ 72 ਯੂਕੇ ਸਟੂਡੈਂਟ ਵੀਜ਼ਾ ਲੈ ਚੁੱਕੇ ਨੇ, ਸਾਡਾ ਸਕਸੈਸ ਰੇਟ 100% ਆ। ਜੇਕਰ ਤੁਸੀਂ ਆਪਣੇ ਸਪਾਊਸ ਅਤੇ ਆਪਣੇ ਬੱਚੇ ਨਾਲ ਆਪਣਾ ਫਿਊਚਰ ਯੂਕੇ ਵੀ ਦੇਖ ਰਹੇ ਹੋ ਅਤੇ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਸਾਡੇ ਔਫਿਸ ਵਿਜਿਟ ਕਰ ਸਕਦੇ।